ਸਪੋਰਟ ਆਈ ਟੀ ਸ਼ਰਟ 50 ਰੁਪਏ ਤੋਂ ਸ਼ੁਰੂ ਹੋ ਕੇ ਆਪਣੇ ਕੋਲ ਜਿਵੇਂ ਜੀਨ ਪੈਂਟ ਆ ਗਈ 100 ਰੁਪਏ ਤੋਂ ਸ਼ੁਰੂ ਹੋ ਜਾਂਦੀ। ਹੈਲੋ ਫਰੈਂਡਸ, ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਰਾਏਕੋਟ ਰੋਡ ਸੰਧੂ ਸੇਲਸ, ਜਿਨ੍ਹਾਂ ਕੋਲ ਜੈਂਟਸ ਅਤੇ ਲੇਡੀਜ਼ ਕੱਪੜਿਆਂ ਦੀ ਸੇਲ ਲਗਾਈ ਹੋਈ ਇਹਨਾਂ ਨੇ। ਦੋਸਤੋ, ਵੀਡੀਓ ਨਾਲ ਬਣੇ ਰਹੀਓ, ਆਪਾਂ ਤੁਹਾਨੂੰ ਨਵੇਂ ਨਵੇਂ ਡਿਜ਼ਾਈਨ ਦਿਖਾਵਾਂਗੇ। ਆਪਾਂ ਆਏ ਹਾਂ ਅੱਜ ਸੰਧੂ ਸੇਲ ਪਿੰਡ ਫੋਰਟ ਰਾਏਕੋਟ ਰੋਡ, ਅਤੇ ਅੱਜ ਆਪਾਂ ਬਾਈ ਉਹਨਾਂ ਕੋਲ ਜਾਣਾਂਗੇ ਕਿਹੜੀ ਕਿਹੜੀ ਚੀਜ਼ਾਂ ਇਹਨਾਂ ਕੋਲ ਅਵੇਲੇਬਲ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਬਾਈ? ਆਪਣਾ ਨਾਮ ਗੁਰਜੀਤ ਸਿੰਘ। ਠੀਕ ਹੈ। ਤੁਹਾਡੇ ਜੈਂਟਸ ਰੈਡੀਮੇਡ ਹੋ ਗਿਆ ਜਾਂ ਲੇਡੀਜ਼ ਹੋ ਗਿਆ? ਆਪਣੇ ਕੋਲ ਜੈਂਟਸ ਦੇ ਵਿੱਚ ਏ ਟੂ ਜੈਡ ਆਈਟਮ ਆ ਜੀ। ਠੀਕ। ਮੰਨ ਲਓ ਲੋਅਰ ਟੀ ਸ਼ਰਟ ਹੋ ਗਈ, ਪੈਂਟ ਸ਼ਰਟ ਹੋ ਗਈ, ਅਤੇ ਗਰਮੀ 'ਚ ਜਿੰਨੀ ਵਰਾਇਟੀ ਹੁੰਦੀ ਆ ਸ਼ੋਰਟਸ ਹੋ ਗਏ, ਅਤੇ ਸਰਦੀ ਦੀ ਵੀ ਟੋਟਲ ਆਈਟਮ ਜਾਣਗੀ ਆਪਣੇ ਕੋਲ। ਕੁੜਤੇ ਪਜਾਮੇ ਦੇ ਵੀ ਕੱਪੜਾ ਤੁਹਾਡੇ ਕੋਲ ਅਵੇਲੇਬਲ? ਹਾਂਜੀ ਹਾਂ, ਸਾਰੇ ਆਪਣੇ ਕੋਲ ਕੱਪੜਾ ਵੀ ਮਿਲ ਜਾਂਦਾ ਅਤੇ ਸਟਿਚ ਵੀ ਮਿਲ ਜਾਂਦਾ, ਅਤੇ ਹਰ ਤਰ੍ਹਾਂ ਦੀ ਮੰਨ ਲਓ ਆਪਣੇ ਕੋਲ ਹਰ ਤਰ੍ਹਾਂ ਦੀ ਵਰਾਇਟੀ ਆ ਜਾਂਦੀ ਹੈਗੀ। ਜਿਵੇਂ ਆਪਣੇ ਕੋਲ ਸਟੈਂਡ ਆਈ ਟੀ ਸ਼ਰਟ ਹੁੰਦੀ ਹੈਗੀ, ਅਤੇ ਸਪੋਰਟ ਆਈ ਟੀ ਸ਼ਰਟ 50 ਰੁਪਏ ਤੋਂ ਸ਼ੁਰੂ ਹੋ ਕੇ 300 ਰੇਂਜ ਤੱਕ ਆ ਜਾਂਦੀ, ਅਤੇ ਜਿਵੇਂ ਇੰਡੀਅਨ ਟੀ ਸ਼ਰਟ ਹੋ ਗਏ 100 ਰੁਪਏ ਤੋਂ ਲੈ ਕੇ 500। ਆਪਣੇ ਕੋਲ ਹੋਰ ਵੀ ਬਹੁਤ ਵਰਾਇਟੀਆਂ ਐਕਸਪੋਰਟ ਦੇ ਵਿੱਚ ਵੀ ਆ ਜਾਂਦੀਆਂ ਨੇ ਅਤੇ ਇੰਡੀਅਨ ਵੀ ਆ ਜਾਂਦੀਆਂ ਨੇ। ਐਕਸਪੋਰਟ 'ਚ ਆਪਣੇ ਕੋਲ ਜਿਵੇਂ ਜੀਨ ਪੈਂਟ ਆ ਗਈ 100 ਰੁਪਏ ਤੋਂ ਸ਼ੁਰੂ ਹੋ ਜਾਂਦੀ, ਜੋ ਕਿ ਬਹੁਤ ਹੀ ਅਫੋਰਡੇਬਲ ਪ੍ਰਾਈਜ਼ ਹੈਗਾ, ਹਰ ਕੋਈ ਉਹਨੂੰ ਬਾਏ ਕਰ ਸਕਦਾ। ਅੱਛਾ ਬਾਈ ਜੀ, ਜਿਹੜੀ ਤੁਹਾਡੀ ਲੋਕੇਸ਼ਨ ਹੈ ਪ੍ਰੋਪਰ ਉਹ ਸਾਨੂੰ ਦਰਸ਼ਕਾਂ ਨੂੰ ਦੱਸ ਦਿਓ। ਵੀਰ ਜੀ, ਇਹ ਸੰਧੂ ਸੇਲਸ ਦੇ ਨਾਂ 'ਤੇ ਆ ਜੀ। ਸੰਧੂ ਸੇਲ ਮਲੇਰਕੋਟਲਾ ਰਾਏਕੋਟ ਰੋਡ ਪਿੰਡ ਖੁਰਦ, ਇਹ ਮੇਨ ਰੋਡ ਦੇ ਉੱਪਰ ਆ ਬਿਲਕੁਲ ਜੀ। ਇਹ ਮਲੇਰਕੋਟਲਾ ਰਾਏਕੋਟ ਰੋਡ ਪਿੰਡ ਖੁਰਦ ਸ਼ੇਰਗੜ੍ਹ ਕੀਮਾ ਅਤੇ ਖੁਰਦ ਪਿੰਡ ਦੇ ਬਿਲਕੁਲ ਸੈਂਟਰ 'ਚ ਆ ਜੀ। ਸਰ, ਤੁਹਾਡਾ ਫੋਨ ਨੰਬਰ ਵੀ ਦੱਸ ਦਿਓ। ਮੋਬਾਈਲ ਨੰਬਰ ਹੈ ਜੀ 9646232070, 9462 3260। ਜੀ ਜੀ, ਆਪਣੇ ਕੋਲ ਹਰ ਤਰ੍ਹਾਂ ਦੀ ਟੀ ਸ਼ਰਟ ਹੁੰਦੀ ਆ, ਕਲਰ ਵਾਲੀ ਹੁੰਦੀ ਆ, ਗੋਲ ਗਲੇ 'ਚ ਹੁੰਦੀ ਆ, ਪੀ ਸ਼ੇਪ ਹੁੰਦੀ ਆ, ਵਧੀਆ ਤੋਂ ਵਧੀਆ ਕੁਆਲਿਟੀ 'ਚ ਹੋਊਗੀ। ਜਿਵੇਂ ਆਹ ਕਲਰ ਵਾਲੀ ਕੋਟਨ ਬੈਠੀ ਹੋਊਗੀ, ਰਾਊਂਡ ਨੈੱਕ ਆ ਗਈ ਜੀ, ਲਾਈਕਰ ਆ ਜੀ 4x4, ਅਤੇ ਹਰ ਤਰ੍ਹਾਂ ਦੀ ਦੇਖੋ ਜੀ ਡਿਜ਼ਾਇਨ, ਜਿਸ ਤਰ੍ਹਾਂ ਦਾ ਡਿਜ਼ਾਇਨ ਕਹੋਗੇ ਉਸ ਤਰ੍ਹਾਂ ਦਾ ਮਿਲ ਜੂਗਾ ਜੀ। ਵਾਈਟ ਕਲਰ 'ਚ ਆ ਗਈ, ਲਾਈਕਰ ਆ ਗਈ, ਕੋਟਨ ਲਾਈਕਰ ਆ ਗਈ ਜੀ, ਬਹੁਤ ਜ਼ਿਆਦਾ ਵਧੀਆ ਕਲਰ ਨੇ। ਇੱਧਰ ਵੀ ਬਹੁਤ ਵਧੀਆ ਕਲਰ ਲੱਗਿਆ ਹੋਣਾ, ਦਿਖਾ ਦਿਓ ਥੋੜ੍ਹਾ ਜਿਹਾ ਨਵੇਂ ਕਰਕੇ। ਹੋਰ ਹੀ ਮਾਰੋ ਕੈਮਰਾ। ਵਧੀਆ ਤੋਂ ਵਧੀਆ ਵਰਾਇਟੀ ਮਿਲ ਜੂਗੀ ਜੀ ਆਪਣੇ ਕੋਲ ਇੱਥੇ। ਇਹ ਵੀਰ ਜੀ 250 ਤੋਂ ਸ਼ੁਰੂ ਹੋ ਕੇ 350 ਰੁਪਏ ਤੱਕ। ਹਾਂਜੀ, ਕੁਆਲਿਟੀ ਦੇ ਰਿਗਾਰਡਿੰਗ। ਹਾਂਜੀ ਹਾਂ, ਜਿੱਦਾਂ ਆਹ ਚੀਜ਼ ਆ ਗਈ, ਇਹ 250 ਦੀ ਰੇਂਜ 'ਚ ਆ ਜੀ, ਆਹ ਚੀਜ਼ ਆ ਗਈ। ਅਤੇ ਇੱਥੇ ਕੋਟਨ ਬੈਠੀ ਆ ਗਈ ਜੀ, ਆਹ ਚੀਜ਼ ਆ ਗਈ, ਇਹ 300 ਰੁਪਏ ਦੀ ਰੇਂਜ 'ਚ ਆ। ਫੋਰਮਲ ਦੀ ਪੈਂਟ 500 ਤੋਂ ਸਟਾਰਟ ਹੁੰਦੀ ਹੈ ਜੀ, ਇੱਥੇ ਅਲੱਗ ਅਲੱਗ ਕੁਆਲਿਟੀਆਂ ਆਈਆਂ ਨੇ, 500 ਵਾਲੀ ਵੀ ਹੋਊ, 650 ਵਾਲੀ ਹੋਊ, 750 ਤੱਕ ਮੈਂ ਮਿਲ ਜਾਂਦੀ ਫੋਰਮਲ ਦੀ ਪੈਂਟ ਆਪਣੇ ਕੋਲ। ਫਰਕ ਹੋਊਗਾ ਜੀ, ਮਾਰਕੀਟ ਦਾ ਰੇਟ ਦਾ ਫਰਕ ਹੋਊਗਾ ਜੀ। ਜੀਨ ਦੀ 750 ਤੋਂ ਸਟਾਰਟ ਹੁੰਦੀ ਹੈ ਜੀ। ਆਹ ਦੇਖੋ ਫੋਰਮਲ ਪੈਂਟ ਆ ਜੀ, ਕੁਆਲਿਟੀ ਦੇਖੋ ਜੀ। ਹਾਂਜੀ ਹਾਂ, ਆਹ ਜੀਨ ਦੀ ਪੈਂਟ ਦੀ ਕੁਆਲਿਟੀ ਦੇਖੋ ਜੀ, ਜਿਹੜੀ ਸਟਾਰਟਿੰਗ ਆ ਮਤਲਬ ਕਿੰਨੇ ਤੋਂ ਜੀ? 750 ਤੋਂ ਸਟਾਰਟ ਹੋ ਜਾਂਦੀ ਹੈ ਜੀਨ ਦੀ ਪੈਂਟ, ਮਤਲਬ ਵਧੀਆ। ਹਾਂ ਵਧੀਆ, ਚੌਕਸ ਤੋਂ ਉੱਪਰ ਗਰੰਟੀ ਵਾਲੀ ਪੈਂਟ, ਅਲੱਗ ਅਲੱਗ ਗਰੰਟੀ ਮਰਜ਼ੀ ਲੈ ਲਓ, ਕੁਆਲਿਟੀ ਦੇ ਹਿਸਾਬ ਨਾਲ ਫਰਕ ਕੀ ਮਿਲ ਜਾਵੇ। ਇਸੇ ਤਰ੍ਹਾਂ ਜੀ ਆਪਣੇ ਕੋਲ ਸ਼ਰਟ ਹੋ ਜਾਂਦੀ ਹੈ, ਜੋ ਕਿ 250 ਤੋਂ ਨਵੀਂ ਸ਼ਰਟ ਵਧੀਆ ਬੈਸਟ, 250 ਤੋਂ ਸ਼ੁਰੂ ਹੋ ਕੇ 500 ਰੁਪਏ ਤੱਕ ਸ਼ਰਟ ਆ ਜੀ ਆਪਣੇ ਕੋਲ। ਜਿੱਦਾਂ ਆਹ ਪੇਂਟ ਆ ਗਈ, 400 ਰੁਪਏ ਦੀ ਰੇਂਜ ਦੇ ਵਿੱਚ ਆ ਗਈ,
ਕਲਰ ਆ ਗਈ ਜਿਸ ਤਰ੍ਹਾਂ ਹਾਂਜੀ ਇਹ 350 ਰੁਪਏ ਦੀ ਰੇਂਜ ਹੈ ਜੀ 400 ਦੀ ਰੇਂਜ ਜੀ ਬ੍ਰੀਕ ਚੈੱਕ ਆ ਬੜਾ ਚੈੱਕ ਵੀ ਮਿਲ ਜੀ ਜਿਸ ਤਰ੍ਹਾਂ ਹੀ ਕਹੋਗੇ ਉਸ ਤਰ੍ਹਾਂ ਦੀ ਮਿਲ ਗਈ देख सकते दोस्तों वधिया वधिया कलर ने ते प्राइस ने बिल्कुल सही है काम बंदे दी रेंज दे मुताबिक बहुत ही वधिया प्राइस है इहदा साइज की है सर साइज भी प्रॉपर मिल जूगी साइज उहदा चोर साइज नहीं होना कई बार हुंदा गा भी डबल एक्सएल लिखा हुंदा पर साइज एल भी नहीं होगा जिदा गर्लिश बच्चे टी शर्ट आ गई इधर बच्चे छोटे बच्चे सूट आ गए ठीक है सेट बच्चे सेट आ गए जीरो साइज तो लेके मान लो ਜਿੱਦਾਂ ਬੱਚਿਆਂ ਦਾ ਉਸ ਹਿਸਾਬ ਨਾਲ ਸਾਰੇ ਬੱਚਿਆਂ ਦੇ ਮਿਲ ਜਾਣਗੇ ਠੀਕ ਹੈ ਇਹ ਤਾਂ ਲੋਅਰ ਵਗੈਰਾ ਆ ਗਈ ਬੱਚੇ ਦੀ ਜਿਵੇਂ 13-14 ਸਾਲ ਦੇ ਬੱਚੇ ਦੀ ਠੀਕ ਹੈ ਬੱਚਿਆਂ ਦੀ ਲੋਅਰ ਆ ਗਈ ਹਾਂਜੀ 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 6 ਸਾਲ ਤੋਂ ਲੈ ਕੇ ਜੀ ਇਹ ਮੰਨ ਲਓ 15 ਸਾਲ ਤੱਕ ਦੇ ਬੱਚੇ ਦੀ ਲੋਅਰ ਆ ਗਈ ਠੀਕ ਹੈ ਤੇ ਬਾਕੀ ਉਧਰ ਦੂਸਰੇ ਸੈਕਸ਼ਨ 'ਚ ਤੇ ਆ ਗਈ ਜੀ ਲੇਡੀਜ਼ ਟੀ ਸ਼ਰਟ ਆ ਗਈ ਅੱਛਾ ਜੀ ਹਾਂਜੀ ਹਾਂ ਕੁਆਲਿਟੀ ਬਹੁਤ ਵਧੀਆ ਹੋਊਗੀ ਤੇ ਰੇਟ ਵੀ ਰੀਜ਼ਨੇਬਲ ਆ ਜੀ ਇਹਦਾ ਠੀਕ ਹੈ ਪਿਓਰ ਕਾਟਨ ਜੀ ਲੇਡੀ ਟੀ ਸ਼ਰਟ ਕਹੀ ਜਾਨੀ ਹੈ ਹਾਂਜੀ ਹਾਂ ਲੇਡੀ ਟੀ ਸ਼ਰਟ ਮਿਲ ਜੂਗੀ ਲੌਂਗ ਵੀ ਮਿਲ ਜੂਗੀ ਸ਼ਾਰਟ ਵੀ ਮਿਲ ਜੂਗਾ ਅੱਛਾ ਇਹਦਾ ਵੀ ਪ੍ਰਾਈਸ ਜਿਹੜਾ ਇਹਦਾ ਪ੍ਰਾਈਸ ਕੀ ਹੋ ਇਹਦਾ ਲੇਡੀ ਟੀ ਸ਼ਰਟ ਦਾ ਇਹ 100 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ 100 ਰੁਪਏ ਤੋਂ ਸਟਾਰਟਿੰਗ ਹੈ ਹਾਂਜੀ ਹਾਂ 100 ਰੁਪਏ ਤੋਂ ਸਟਾਰਟਿੰਗ ਹੈ ਜੀ ਇਹ ਤਾਂ ਸੇਮ ਪਜਾਮੇ ਨੇ ਜੀ ਲੇਡੀਜ਼ ਪਜਾਮੇ ਨੇ ਅੱਛਾ ਇਹਦਾ ਵੀ 100 ਰੁਪਏ ਤੋਂ ਸਟਾਰਟਿੰਗ ਹੈ ਜੀ 100 ਰੁਪਏ ਤੋਂ ਸਟਾਰਟਿੰਗ ਹੈ ਜੀ ਹਾਂਜੀ ਹਾਂ ਵਧੀਆ ਪਜਾਮਾ ਆ ਜਾਂਦੀ ਕੁਆਲਿਟੀ ਵਧੀਆ ਹੁੰਦੀ ਜੀ ਸਭ ਠੀਕ ਹੈ ਇਸੇ ਤਰ੍ਹਾਂ ਇਧਰ ਲੇਡੀਜ਼ ਟੌਪ ਆ ਗਈ ਜਿਸ ਤਰ੍ਹਾਂ ਦਾ ਵੀ ਲੈਣਾ ਹਰ ਤਰ੍ਹਾਂ ਦਾ ਟੌਪ ਮਿਲ ਜੂਗਾ ਲੇਡੀਜ਼ ਲੇਡੀਜ਼ ਟੌਪ ਆ ਗਏ ਹਾਂ ਹਾਂਜੀ 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 ਇਹਦੇ ਵਿੱਚ ਵੀ ਕਲਰ ਕਾਸ ਜ਼ਿਆਦਾ ਅਵੇਲੇਬਲ ਨੇ ਵੈਰਾਈਟੀ ਮਿਲ ਜੂਗੀ ਜੀ ਇਸ ਦੇ ਵਿੱਚ ਜਿਸ ਤਰ੍ਹਾਂ ਦੀ ਇਹਦੇ ਰੇਟ ਵੀ ਮਿਲੂਗਾ ਜੀ ਜਿਹੜਾ ਰੇਟ ਵੀ ਆ ਵੀ ਮਿਲੂਗਾ ਜੀ ਠੀਕ ਆ ਹਾਂਜੀ ਹਾਂਜੀ ਇਸ ਤਰ੍ਹਾਂ ਇਧਰ ਵੀ ਦੁਪੱਟੇ ਆ ਗਏ ਟੀ ਸ਼ਰਟਾਂ ਆ ਗਈਆਂ ਲੇਡੀਜ਼ ਪਜਾਮੇ ਆ ਗਏ ਪੈਂਟ ਆ ਗਈ ਸ਼ਰਟ ਆ ਗਈ ਤੇ ਹੋਰ ਬਹੁਤ ਵੈਰਾਈਟੀ ਆ ਗਈ ਜੋ ਵੀ ਆ ਗਈ ਇੱਥੇ ਵੀ ਜੀ ਆਪਣੇ ਕੋਲ ਪਰਸ ਵੀ ਹੁੰਦਾ ਗਾ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਪਰਸ ਆਪਣੇ ਕੋਲ ਅੱਛਾ ਜੀ ਤੇ ਜਿਸ ਤਰ੍ਹਾਂ ਦਾ ਲੈਣਾ ਜਾਂਦੀ ਕੁਆਲਿਟੀ ਵਧੀਆ ਹੋਊਗੀ ਤੇ 500-600 ਰੇਂਜ ਜੋ ਵੀ ਹੈਗੀ ਮਾਰਕੀਟ ਦਾ ਰੇਟ ਦਾ ਫਰਕ ਹੋਊਗਾ ਹਰ ਤਰ੍ਹਾਂ ਦਾ ਪਰਸ ਮਿਲ ਜੂਗਾ ਕਿੱਟ ਮਿਲ ਜੂਗੀ ਜਿਸ ਤਰ੍ਹਾਂ ਦੀ ਵੀ ਲੈਣੀ ਆ ਚਾਹੇ ਮੈਰਿਜ ਵਾਸਤੇ ਕਿੱਟ ਲੈਣੀ ਆ ਠੀਕ ਚਾਹੇ ਨਾਰਮਲ ਕੈਜੂਅਲ ਵਾਸਤੇ ਲੈਣੀ ਆ ਕੈਜੂਅਲ ਇਹਦੀ ਜਿਹੜੀ ਸਟਾਰਟਿੰਗ ਹੈ ਕਿੰਨੇ ਤੋਂ ਆ ਸਰ ਸਟਾਰਟਿੰਗ ਕਿੱਟ ਦੀ ਵੀ 100 ਰੁਪਏ ਤੋਂ ਆ ਜੀ ਪਰਸ ਅੱਛਾ ਜੀ 100 ਰੁਪਏ ਤੋਂ ਸਟਾਰਟਿੰਗ ਹੈ ਪਰਸ ਦੀ ਰਕੇਟ ਦੀ ਸਟਾਰਟਿੰਗ ਹੈ ਜੀ 600-700 1500 ਰੁਪਏ ਤੱਕ ਕਰਦੇ ਹੋ ਪਰਸ ਠੀਕ
ਤੁਹਾਡੇ ਕੋਲ ਕਿਹੜੀ ਕਿਹੜੀ ਆਈਟਮ ਮਤਲਬ ਅਵੇਲੇਬਲ ਹੁੰਦੀ ਹੈ ਲੇਡੀ ਸੂਟਾਂ ਦੇ ਵਿੱਚ? ਸਾਡੇ ਕੋਲ ਵੀਰੇ ਹਰ ਤਰ੍ਹਾਂ ਦੇ ਸੂਟ, ਘੱਟ ਰੇਂਜ ਤੋਂ ਲੈ ਕੇ ਉੱਚੀ ਰੇਂਜ ਤੱਕ, ਜਿਹੜੀ ਮਰਜ਼ੀ ਕੁਆਲਿਟੀ ਅਗਲੇ ਦੀ ਚੋਇਸ ਦੇ ਅਕੋਰਡਿੰਗ ਸੂਟ ਮਿਲ ਜਾਣਗੇ ਆਪਣੇ ਕੋਲ। ਫੁੱਲ ਵੈਲ ਪੱਕੇ ਰੰਗ ਦੀਆਂ ਵਿਮਲ ਦੀਆਂ ਗਰੰਟੀ ਵਾਲੀਆਂ ਪੱਗਾਂ ਮਿਲ ਜਾਣਗੀਆਂ ਘੱਟ ਰੇਟ 'ਤੇ। ਕੁੜਤੇ ਪਜਾਮੇ ਐਮ ਪੀ ਟੈਕਸ ਰੈਮੰਡ ਪੀ ਆਰ ਆਮ, ਜਿਹੜੀ ਮਰਜ਼ੀ ਕੁਆਲਿਟੀ ਦੇ ਕੁੜਤੇ ਪਜਾਮੇ ਲੈ ਸਕਦੇ ਹੋ। ਅਤੇ ਮਨਿਆਰੀ ਦਾ ਸਮਾਨ ਏ ਟੂ ਜੈਡ ਜਿਹੜੀ ਇੱਛਾ ਦੇ ਸਾਰਾ ਸਾਰਾ ਸਮਾਨ ਹੀ ਆ ਵੀਰੇ, ਹਰੇਕ ਆਈਟਮ ਮਿਲ ਸਕਦੀ ਹੈ ਰੋਜ਼ਮਰਾ ਜ਼ਿੰਦਗੀ ਦੀ। ਆਰਟੀਫਿਸ਼ਲ ਜਵੈਲਰੀ ਦਾ ਵੀ ਹੈਗਾ, ਰੈਂਟ 'ਤੇ ਲੈਣਾ ਰੈਂਟ 'ਤੇ ਵੀ ਲੈ ਸਕਦੇ ਨੇ, ਅਤੇ ਆਪਣਾ ਖਰੀਦਣਾ ਚਾਹੁੰਦੇ ਪਰਚੇਜ ਕਰਨਾ ਚਾਹੁੰਦੇ ਨੇ ਉਹ ਵੀ ਲੈ ਸਕਦੇ। ਇਹ ਹੈ ਜੀ ਸਾਡੇ ਕੋਲ ਅਬੋਹਰ ਦੀ ਜੁੱਤੀ, ਪੰਜਾਬੀ ਜੁੱਤੀ, ਠੀਕ ਹੈ ਜੀ, ਸਭ ਤੋਂ ਵਧੀਆ ਜੁੱਤੀ ਹੈ ਜੀ ਇਹ, ਲੈਦਰ ਦੀ, ਪਿਓਰ ਲੈਦਰ ਦੀ, ਠੀਕ ਹੈ ਜੀ। ਬਾਥਰੂਮ ਚੱਪਲ, ਸਪੋਰਟ ਸ਼ੂਜ਼, ਫਸਟ ਕਾਪੀਜ਼, ਇੰਪੋਰਟਡ ਜਿਹੜੇ ਬੂਟ ਵਗੈਰਾ ਸਭ ਕੁਝ ਸਾਡੇ ਕੋਲ ਹੁੰਦਾ, ਹਰ ਤਰ੍ਹਾਂ ਦੀ ਕੁਆਲਿਟੀ ਦੇ ਮਤਲਬ ਸ਼ੂਜ਼ ਵੀ ਰੱਖੇ ਹੋਏ ਸਾਡੇ ਕੋਲ, ਠੀਕ ਹੈ ਸਰ। ਦੇ ਅਵੇਲੇਬਲ ਨੇ ਕੰਪਨੀ ਤਾਂ ਵੀ ਸਾਡੇ ਕੋਲ ਨਾ ਬ੍ਰਾਂਡ ਸ਼ੂਜ਼ ਜਿਹੜੇ ਉਹਦੀ ਫਸਟ ਕਾਪੀ ਹੁੰਦੀ ਹੈ, ਠੀਕ ਹੈ ਜੀ, ਜਿਸ ਤਰ੍ਹਾਂ ਕਿ ਐਡੀਡਾਸ, ਠੀਕ, ਨਾਈਕੀ, ਪਿਊਮਾ, ਠੀਕ ਹੈ। ਇਹ ਵੀ ਮਤਲਬ ਨਾ ਫਸਟ ਕਾਪੀ ਜਿਹੜੀ ਹੈ 1600 ਰੁਪਏ ਤੋਂ ਸਟਾਰਟ ਹੋ ਕੇ 2500 ਰੁਪਏ ਤੱਕ ਵੀ ਸਾਡੇ ਕੋਲ ਰੇਂਜ ਅਵੇਲੇਬਲ, ਠੀਕ ਹੈ। ਬਾਕੀ ਹੋਰ ਕੁਆਲਿਟੀਆਂ ਦੇ ਮਤਲਬ ਹੋਰ ਸਾਡੇ ਕੋਲ ਆਗਰੇ ਦੀ ਲੈਦਰ ਦੀ ਜੁੱਤੀ, ਠੀਕ ਹੈ, ਗੁਰਗਾਬੀ, ਅੱਛਾ, ਸੈਂਡਲ, ਸਲੀਪਰ ਵਗੈਰਾ ਹਰ ਤਰ੍ਹਾਂ ਦੇ ਮਤਲਬ ਵਧੀਆ ਕੁਆਲਿਟੀ ਦੇ ਜਿਹਦੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਹੈ ਅਵੇਲੇਬਲ, ਠੀਕ, ਘੱਟ ਰੇਂਜ ਦੇ ਵਿੱਚ। ਸਾਡਾ ਮਾਰਜਨ ਬਿਲਕੁਲ ਥੋੜ੍ਹਾ ਜੈਨੂਅਨ ਸੇਲ ਹੋਣ ਕਰਕੇ ਨਾ ਮਾਰਜਨ ਅਸੀਂ ਬਿਲਕੁਲ ਜੈਨੂਅਨ ਥੋੜ੍ਹਾ ਜਿਹਾ ਰੱਖਿਆ ਹੋਇਆ।